ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਕਿ 70 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਕੈਦੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਨਿਆਂ ਵਿਭਾਗ ਵੱਲੋਂ ਕਿਹਾ ਗਿਆ ਕਿ ਲੀਜ਼ਾ ਮੌਂਟਗੋਮਰੀ ਨਾਮੀ ਔਰਤ ਨੂੰ 8 ਦਸੰਬਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਕੋਰਟ ਦੇ ਮੁਤਾਬਕ ਲੀਜ਼ਾ ਨੇ ਇੱਕ ਗੰਭੀਰ ਅਪਰਾਧ ਨੂੰ ਅੰਜਾਮ ਦਿੱਤਾ ਸੀ। ਲੀਜ਼ਾ ਨੇ ਸਾਲ 2004 ਵਿੱਚ ਅਮਰੀਕਾ ਦੇ ਮਿਸੋਰੀ ਸੂਬੇ ਦੀ ਇੱਕ ਗਰਭਵਤੀ ਔਰਤ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਮ੍ਰਿਤਕ ਔਰਤ ਦਾ ਢਿੱਡ ਪਾੜ ਕੇ ਉਸ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ। ਨਿਆਂ ਵਿਭਾਗ ਦੇ ਮੁਤਾਬਕ 8 ਦਸੰਬਰ ਨੂੰ ਜ਼ਹਿਰ ਦਾ ਇੰਜੈਕਸ਼ਨ ਦੇ ਕੇ ਲੀਜ਼ਾ ਮੌਂਟਗੋਮਰੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਅਮਰੀਕੀ ਸਰਕਾਰ ਨੇ ਸਾਲ 1953 ਵਿੱਚ ਅਜਿਹੀ ਸਜ਼ਾ ਦਿੱਤੀ ਸੀ। ਅਮਰੀਕਾ ਵਿੱਚ ਮੌਤ ਦੀ ਸਜ਼ਾ ਦਾ ਰਿਕਾਰਡ ਰੱਖਣ ਵਾਲੇ ਕੇਂਦਰ ਦੇ ਮੁਤਾਬਕ 1953 ਵਿੱਚ ਮਿਸੋਰੀ ਸੂਬੇ ਦੀ ਬੋਨੀ ਹੈਡੀ ਨੂੰ ਗੈਸ ਚੈਂਬਰ ਵਿੱਚ ਰੱਖ ਕੇ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇੱਕ ਹੋਰ ਸ਼ਖਸ ਬ੍ਰੈਂਡਨ ਬਰਨਾਰਡ ਨੂੰ ਇਸੇ ਸਾਲ ਦਸੰਬਰ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਬ੍ਰੈਂਡਨ ਨੇ ਸਾਲ 1999 ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੋ ਨੌਜਵਾਨ ਮੰਤਰੀਆਂ ਦਾ ਕਤਲ ਕੀਤਾ ਸੀ। ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਰ ਨੇ ਕਿਹਾ ਕਿ ਇਹ ਅਪਰਾਧ ਗੰਭੀਰ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਂਦੇ ਨੇ। ਪਿਛਲੇ ਸਾਲ ਹੀ ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹ ਸਰਕਾਰ ਵੱਲੋਂ ਮੌਤ ਦੀ ਸਜ਼ਾ ਦੇਣ ਦੀ ਕਾਰਵਾਈ ਫਿਰ ਤੋਂ ਸ਼ੁਰੂ ਕਰਨਗੇ। ਕੌਣ ਹੈ ਲੀਜ਼ਾ ਮੌਂਟਗੋਮਰੀ? ਦਸੰਬਰ 2004 ਵਿੱਚ ਲੀਜ਼ਾ ਮੌਂਟਗੋਮਰੀ ਦੀ ਬੌਬੀ ਜੋ ਸੀਨੇਟ ਨਾਲ ਗੱਲਬਾਤ ਹੋਈ। ਲੀਜ਼ਾ ਇੱਕ ਕਤੂਰਾ ਖਰੀਦਣਾ ਚਾਹੁੰਦੀ ਸੀ। ਨਿਆਂ ਵਿਭਾਗ ਦੀ ਪ੍ਰੈਸ ਰਿਲੀਜ਼ ਦੇ ਮੁਤਾਬਕ ਇਸ ਦੇ ਲਈ ਲੀਜ਼ਾ ਕੈਂਸਸ ਤੋਂ ਮਿਸੋਰੀ ਗਈ ਜਿੱਥੇ ਬੌਬੀ ਰਹਿੰਦੀ ਸੀ। ਬੌਬੀ ਦੇ ਘਰ ਵਿੱਚ ਵੜਨ ਤੋਂ ਬਾਅਦ ਲੀਜ਼ਾ ਨੇ ਉਸ ਤੇ ਹਮਲਾ ਕੀਤਾ ਅਤੇ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ ਬੌਬੀ 8 ਮਹੀਨੇ ਦੀ ਗਰਭਵਤੀ ਸੀ। ਸਰਕਾਰੀ ਪ੍ਰੈਸ ਰਿਲੀਜ਼ ਦੇ ਮੁਤਾਬਕ ਇਸ ਤੋਂ ਬਾਅਦ ਲੀਜ਼ਾ ਮੌਂਟਗੋਮਰੀ ਨੇ ਬੌਬੀ ਦੇ ਢਿੱਡ ਤੇ ਚਾਕੂ ਦੀ ਮਦਦ ਨਾਲ ਚੀਰਾ ਲਾਇਆ ਅਤੇ ਬੌਬੀ ਦੇ ਬੱਚੇ ਨੂੰ ਉਸ ਤੋਂ ਵੱਖ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ। ਨਿਆਂ ਵਿਭਾਗ ਨੇ ਇਹ ਵੀ ਕਿਹਾ ਕਿ ਲੀਜ਼ਾ ਨੇ ਕੁਝ ਸਮੇਂ ਤੱਕ ਇਹ ਜਤਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਬੱਚਾ ਉਸ ਦਾ ਹੀ ਹੈ। ਸਾਲ 2007 ਵਿੱਚ ਇੱਕ ਜਿਊਰੀ ਨੇ ਲੀਜ਼ਾ ਨੂੰ ਕਤਲ ਅਤੇ ਅਗਵਾ ਦਾ ਦੋਸ਼ੀ ਪਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ। ਪਰ ਮੌਂਟਗੋਮਰੀ ਦੇ ਵਕੀਲ ਇਹ ਦਲੀਲ ਦਿੰਦੇ ਰਹੇ ਕਿ ਬਚਪਨ ਵਿੱਚ ਲੀਜ਼ਾ ਮੌਂਟਗੋਮਰੀ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਸੀ। ਉਸ 'ਤੇ ਤਸ਼ੱਦਦ ਢਾਇਆ ਗਿਆ ਜਿਸ ਕਰਕੇ ਉਸਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ। ਉਹ ਮਾਨਸਿਕ ਰੂਪ ਤੋਂ ਸਿਹਤਮੰਦ ਨਹੀਂ ਹੈ, ਇਸ ਲਈ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਅਮਰੀਕੀ ਨਿਆਂ ਪ੍ਰਣਾਲੀ ਦੇ ਮੁਤਾਬਕ ਮੁਲਜ਼ਮਾਂ ਦੇ ਖਿਲਾਫ ਜਾਂ ਤਾਂ ਕੌਮੀ ਪੱਧਰ ਤੇ ਸੰਘੀ ਅਦਾਲਤਾਂ ਵਿੱਚ ਮੁਕੱਦਮੇ ਚਲਾਏ ਜਾ ਸਕਦੇ ਨੇ ਜਾਂ ਫਿਰ ਖੇਤਰੀ ਪੱਧਰ ਦੀਆਂ ਅਦਾਲਤਾਂ ਵਿੱਚ। ਕੁਝ ਅਪਰਾਧ ਜਿਵੇਂ ਜਾਲੀ ਕਰੰਸੀ ਦੇ ਮਾਮਲੇ, ਈਮੇਲ ਚੋਰੀ ਵਰਗੇ ਆਪਣੇ ਆਪ ਹੀ ਸੰਘੀ ਪੱਧਰ ਦੀ ਅਦਾਲਤਾਂ ਵਿੱਚ ਦਾਇਰ ਹੁੰਦੇ ਨੇ, ਜਿਸ ਵਿੱਚ ਜਾਂ ਤਾਂ ਅਮਰੀਕੀ ਸਰਕਾਰ ਪਾਰਟੀ ਹੁੰਦੀ ਹੈ ਜਾਂ ਉਹ ਲੋਕ ਪਾਰਟੀ ਹੁੰਦੇ ਨੇ ਜਿਨ੍ਹਾਂ ਦੇ ਸੰਵਿਧਾਨਿਕ ਅਧਿਕਾਰ ਖੋਏ ਗਏ ਹੁੰਦੇ ਨੇ। ਇਸ ਤੋਂ ਇਲਾਵਾ ਕਿਹੜੇ ਮਾਮਲੇ ਸੰਘੀ ਅਦਾਲਤਾਂ ਵਿੱਚ ਦਾਇਰ ਕੀਤੇ ਜਾਣਗੇ ਇਹ ਇਸ 'ਤੇ ਨਿਰਭਰ ਕਰਦਾ ਕਿ ਅਪਰਾਧ ਕਿਹੋ ਜਿਹਾ ਹੈ। 1972 ਦੇ ਇੱਕ ਫੈਸਲੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਸਾਰੇ ਮੌਤ ਦੀ ਸਜ਼ਾ ਵਾਲੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਾਰੇ ਅਪਰਾਧੀਆਂ ਦੀ ਮੌਤ ਦੀ ਸਜ਼ਾ ਰੱਦ ਹੋ ਗਈ ਸੀ। 1976 ਵਿੱਚ ਅਮਰੀਕੀ ਸੁਪਰੀਮ ਕੋਰਟ ਦੇ ਇੱਕ ਹੋਰ ਆਦੇਸ਼ ਤੋਂ ਬਾਅਦ ਸੂਬਿਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਤਾਕਤ ਵਾਪਸ ਮਿਲੀ ਅਤੇ 1988 ਵਿੱਚ ਅਮਰੀਕੀ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਜਿਸ ਦੇ ਆਧਾਰ ਤੇ ਸੰਘੀ ਅਦਾਲਤਾਂ ਨੂੰ ਵੀ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਵਾਪਸ ਮਿਲ ਗਿਆ। DPI ਸੈਂਟਰ ਦੇ ਮੁਤਾਬਕ 1988 ਤੋਂ 2018 ਦੇ ਵਿਚਾਲੇ ਸੰਘੀ ਅਦਾਲਤਾਂ ਨੇ ਵੱਖ ਵੱਖ ਮਾਮਲਿਆਂ ਵਿੱਚ ਕੁੱਲ 78 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਵਿੱਚ ਸਿਰਫ 3 ਲੋਕਾਂ ਨੂੰ ਹੀ ਮੌਤ ਦੀ ਸਜ਼ਾ ਦਿੱਤੀ ਜਾ ਸਕੀ। ਮੌਂਟਗੋਮਰੀ ਅਤੇ ਬਰਨਾਰਡ 8ਵੇਂ ਅਤੇ 9ਵੇਂ ਅਪਰਾਧੀ ਹੋਣਗੇ ਜਿਨ੍ਹਾਂ ਨੂੰ ਇਸ ਸਾਲ ਸੰਘੀ ਅਦਾਲਤਾਂ ਦੇ ਆਦੇਸ਼ ਤੇ ਮੌਤ ਦੀ ਸਜ਼ਾ ਦਿੱਤੀ ਜਾਏਗੀ। ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਕਿਹਾ ਸੀ ਕਿ ਲੰਮੇ ਸਮੇਂ ਤੋਂ ਬਾਅਦ ਉਹਨਾਂ ਦੀ ਸਰਕਾਰ ਸੰਘੀ ਅਦਾਲਤਾਂ ਵਿੱਚ ਮੌਤ ਦੀ ਸਜ਼ਾ ਨੂੰ ਫਿਰ ਤੋਂ ਸ਼ੁਰੂ ਕਰੇਗੀ। ਉਸ ਸਮੇਂ ਇੱਕ ਬਿਆਨ ਵਿੱਚ ਅਟਾਰਨੀ ਜਨਰਲ ਨੇ ਕਿਹਾ ਸੀ ਦੋਹਾਂ ਪਾਰਟੀਆਂ ਦੀ ਸਰਕਾਰ ਦੇ ਤਹਿਤ ਨਿਆਂ ਵਿਭਾਗ ਸਭ ਤੋਂ ਖਰਾਬ ਅਪਰਾਧੀਆਂ ਦੇ ਖਿਲਾਫ਼ ਮੌਤ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ। ਨਿਆਂ ਵਿਭਾਗ ਕਾਨੂੰਨ ਦੇ ਸ਼ਾਸਨ ਨੂੰ ਮੰਨਦਾ ਹੈ ਅਤੇ ਉਸੇ ਹਿਸਾਬ ਨਾਲ ਚੱਲਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਦੇਈਏ ਤਾਂ ਜੋ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਾਡੀ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਕਾਇਮ ਰਹੇ।